ਇਲਜ਼ਾਮ ਕਰਮਵੀਰ ਗਾਂਧੀ ਦਾ ਇਲਜ਼ਾਮ ਹੈ ਕਿ ਪ੍ਰਨੀਤ ਕੌਰ ਉਹਨਾਂ ਨੂੰ ਹਰਾਉਣ ਦੇ ਲਈ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕਰ ਰਹੀ ਹੈ ਜਾਂ ਪ੍ਰਨੀਤ ਕੌਰ ਤਾਂ ਇਹ ਵੀ ਹਾਰ ਰਹੀ ਹੈ ਮੈਨੂੰ ਲੱਗਦਾ ਪ੍ਰਨੀਤ ਕੌਰ ਤੀਜੇ ਨੰਬਰ 'ਤੇ ਹੈ ਪਟਿਆਲੇ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਅਤੇ ਗਾਂਧੀ ਵਿੱਚ ਹੈ ਸੀ ਆਮ ਆਦਮੀ ਪਾਰਟੀ ਤਾਂ ਖਤਮ ਹੋ ਗਈ ਭੋਗ ਪੈ ਗਿਆ ਮੈਂ ਕਹਿੰਦਾ ਸਾਰਾ ਹੀ ਰੱਦ ਹੋਈ ਨਾ ਹੋਈ ਚੰਗਾ ਉਹਦੇ ਪੈਸੇ ਬਚ ਗਏ ਨਹੀਂ ਤਾਂ ਜਮਾਨਤ ਜ਼ਬਤ ਹੋਣੀ ਸੀ ਹੁਣ ਵੀ ਤੁਸੀਂ ਦੇਖ ਲਓ ਖੇਰੂ ਖੇਰੂ ਹੋ ਗਈ ਹੈ ਅੱਧੇ ਤੋਂ ਜ਼ਿਆਦਾ ਅਕਾਲੀ ਦਲ ਸ਼ਾਮਿਲ ਹੋ ਗਏ ਹੈ ਥੋੜ੍ਹੇ ਜਿਹੇ ਕਾਂਗਰਸ ਸ਼ਾਮਿਲ ਹੋ ਗਏ ਹੈ ਇਹਨਾਂ ਦੀ ਦੁਕਾਨ ਬੰਦ ਹੋ ਗਈ ਹੈ ਬਹੁਤ ਸਹੀ ਹੈ ਉਹ ਕੈਪਟਨ ਦਾ ਮਿਸ਼ਨ ਹੈ 13 ਹਾਰਨੀਆਂ ਸੋ ਮਿਸ਼ਨ ਪੂਰਾ ਕਰੂਗਾ ਪਤਾ ਲੱਗ ਜੂ ਭੜਕਾ ਕੇ ਮਾਰਿਆ ਜਾਖੜ ਨੂੰ ਸੁਖਬੀਰ ਜੀ ਤੁਹਾਡੇ ਭਾਈ ਸਾਹਿਬ ਮਨਪ੍ਰੀਤ ਬਾਦਲ ਉਹਨਾਂ ਨੇ ਇੱਕ ਇਲਜ਼ਾਮ ਲਾਇਆ ਕਿ ਜੇ ਨੋਟ ਬਣਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਿਤਾਮਾ ਹੈ ਉੱਥੇ ਤੁਹਾਡਾ ਕੀ ਕਹਿਣਾ ਹੁਣ ਇਹ ਬਾਦਲ ਸਾਹਿਬ ਨੇ ਟ੍ਰੇਨਿੰਗ ਤਾਂ ਲਿੱਤੀ ਹੈ ਜੀ ਕੀ ਉਹ ਸਮਝਦਾ ਉਹ ਨੋਟ ਪੜ੍ਹਦਾ ਮਨਪ੍ਰੀਤ ਬਣਦਾ ਨੋਟ ਜੀ ਉਹਦਾ ਇਲਜ਼ਾਮ ਜੋ ਉਹਨੂੰ ਸ਼ਰਮ ਆਉਣੀ ਚਾਹੀਦੀ ਬਾਦਲ ਸਾਹਿਬ ਬਾਰੇ ਇਹੋ ਜਿਹੀ ਗੱਲ ਕਰਨੀ ਸਾਡਾ ਕੋਮਨ ਮਿਨਿਮਮ ਪ੍ਰੋਗਰਾਮ ਬੀਜੇਪੀ ਨਾਲ ਬਣੂਗਾ ਸੈਂਟਰ ਵਿੱਚ ਅਸਲੀ ਚੋਣ ਮੈਨੀਫੈਸਟੋ ਲੋਕਲ ਸਰਕਾਰ ਦੇ ਟਾਈਮ ਆਉਂਦਾ ਥੈਂਕ ਯੂ ਬਾਦਲ ਸਾਹਿਬ ਵਾਂਗ ਸੁਖਬੀਰ ਬਾਦਲ ਪੰਕਚੁਅਲ ਕਦਰ ਹੋਣਗੇ ਟਾਈਮ ਦੇ ਕਿਉਂਕਿ ਉਹ ਟਾਈਮ ਦੇ ਪੰਕਚੁਅਲ ਨਹੀਂ ਪੰਕਚੁਅਲ ਹੈ ਇਲੈਕਸ਼ਨ ਦੇ ਵਿੱਚ ਬਹੁਤ ਐਕਸਟਰਾ ਪ੍ਰੋਗਰਾਮ ਬਣ ਜਾਂਦੇ ਅੱਜ ਰਾਤ ਤੇ ਜੇ ਕਾਂਗਰਸ ਨੂੰ ਛੱਡ ਕੇ ਕਈ ਥਾਵਾਂ ਤ